ਕੈਂਡੀਡੇਟ ਸਰਪੰਚ ਦਾ ਕੈਂਡੀਡੇਟ ਮੈਂ ਕਾਂਗਰਸ ਪਾਰਟੀ ਵੱਲੋਂ ਆ। ਕਿਹੜਾ ਪਿੰਡ? ਮੇਰਾ ਪਿੰਡ ਦੋਦੇ। ਕੀ ਗੱਲ ਹੋਈ ਤੇ ਗੱਲ ਕੀ ਹੋਈ ਜੀ? ਇਹ ਤੇ ਮਤਲਬ ਸਰਕਾਰ ਦੇ ਜ਼ੋਰ ਨਾਲ ਗੱਲ ਪੈਂਦੇ ਬੰਦੇ। ਮਤਲਬ ਰਾਤੀ ਮਤਲਬ ਹੁਣ ਪਿੰਡ ਨਹੀਂ ਬਣਨ ਦਿੱਤਾ ਇਹਨਾਂ ਨੇ, ਰਾਤੀ ਇਹਨਾਂ ਨੇ 1-2 ਵਜੇ ਤੱਕ ਗਲੀਆਂ ਹੀ ਘੁੰਮਦੇ ਰਹੇ ਆ। ਹੁਣ ਦਿਨ ਚੜ੍ਹਦਿਆਂ ਹੀ ਪੈਂਦੇ ਗਲ ਪੈ ਗਏ ਆਣ ਕੇ ਮੇਰੇ ਪੈ ਗਏ ਆ, ਮੇਰਾ ਬ੍ਰਦਰ ਇਹਦੇ ਪੈ ਗਏ ਆ, ਤਿੰਨ ਚਾਰ ਬੰਦਿਆਂ ਦੇ ਹੋਰ ਗਲ ਪੈ ਗਏ ਆ। ਉਹ ਫਿਰ ਸਾਡੇ ਸ਼ਰੇਆਮ ਸ਼ਰੇਆਮ ਮਤਲਬ ਕਿ ਤੁਸੀਂ ਵੇਖ ਹੀ ਲਾ ਵੇਖ ਲਓ ਕੀ ਹਾਲ ਵੇਖ ਲੈਣਾ। ਇਹ ਕੋਈ ਇਲੈਕਸ਼ਨ ਥੋੜੀ ਹੈਗੀ ਹੋਈ, ਕੋਈ ਵੋਟਿੰਗ ਬੰਦ ਹੋਈ, ਕੋਈ ਵੋਟਿੰਗ ਬੰਦ ਹੋ ਗਈ ਆ, ਬੰਦ ਹੋ ਗਈ ਕੋਈ ਇਲੈਕਸ਼ਨ ਏਦਾਂ ਥੋੜੀ ਹੁੰਦੀ ਆ। ਸਰਕਾਰਾਂ ਬੜੀਆਂ ਆਈਆਂ, ਅਕਾਲੀ ਵੀ ਆਏ, ਕਾਂਗਰਸੀ ਵੀ ਆਏ, ਪਰ ਆਹ ਸਰਕਾਰ ਤੋਂ ਦੇ ਬਾਰੇ ਬਾਰੇ ਜਾਈਏ ਵੀ ਕੰਨਾਂ ਨੂੰ ਹੱਥ ਲਵਾ ਦੇਣ। ਸ਼ਰੇਆਮ ਪਿਛੀਆਂ ਡਾਲ ਰਹੇ ਇਹਨਾਂ ਦੇ ਡੱਬ ਜਿਹਾ, ਪਿਛਲ ਡੱਬ ਦੇ ਵਿੱਚ ਗੁਰਪ੍ਰੀਤ ਸਿੰਘ ਮੈਂਬਰ ਆ, ਸਵੇਰੇ ਪਿਛਲ ਲੈ ਕੇ ਅੰਦਰ ਗਿਆ ਵਾ, ਮੁੜ ਕੇ ਅਸੀਂ ਵੇਖ ਲਿਆ ਤੇ ਗੱਡੀ ਚ ਰਾ ਕੇ ਆਪਣੀ ਚ। ਨਹੀਂ ਹੁਣ ਲੜਾਈ ਕਿਹੜੀ ਗੱਲ ਹੋਈ? ਲੜਾਈ ਮਤਲਬ ਵੋਟ ਤੋਂ ਹੋਈ ਆ, ਵੋਟ ਪਾਉਣ ਤੇ ਧੱਕੇ ਮਾਰ ਕੇ ਬਾਹਰ ਕੱਢ ਕੇ ਸਾਨੂੰ ਉਹਨਾਂ ਨੇ, ਕਦੀ ਕਦੀ ਕਹਿੰਦੇ ਐਮਐਲਏ ਦਾ ਫੋਨ ਕਰਾਉਣਾ ਆਪਾਂ ਨੂੰ ਵੋਟ ਫੜਾ ਰਿਹਾ ਸਰਪੰਚ ਸਰ ਸਰ। ਅਸੀਂ ਅਸੀਂ ਪਿਛਲੇ ਸਮੇਂ ਤੋਂ ਅਸੀਂ ਡਾਕਟਰ ਸੋਹਲ ਨੂੰ ਵੋਟਾਂ ਪਾ ਰਹੇ, ਅਸੀਂ ਵੀ ਆਮ ਆਦਮੀ ਦੇ ਵਰਕਰ ਹੈਗੇ, ਦੂਸਰਾ ਘਰ ਵੀ ਆਮ ਆਦਮੀ ਦਾ ਵਰਕਰ, ਪਰ ਇਸ ਵਕਤ ਐਮਐਲਏ ਸਾਹਿਬ ਉਧਰ ਸ਼ਰੇਆਮ ਮਤ ਕਰ ਰਹੇ ਜੀ। ਅਸੀਂ 2 ਪੋਲਿੰਗ ਏਜੰਟ ਅੰਦਰ ਆ, ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਕੇ ਉੱਥੇ ਸ਼ਰੇਆਮ ਗੁਰਨਾਗਰਦੀ ਦਾ ਨੰਗਾ ਨਾਚ ਹੋ ਰਿਹਾ ਜੀ, ਸਾਡੇ ਕੱਪੜੇ ਪਾਰੇ ਗਏ। ਅਸੀਂ 2 ਜੀ ਸਰਪੰਚ ਸਾਹਿਬ ਤੇ ਮੈਂਬਰ ਸਾਹਿਬ ਪੋਲਿੰਗ ਏਜੰਟ ਵੀ ਆ, ਤੇ ਸਾਨੂੰ ਅੰਦਰ ਨਹੀਂ ਖਲੋਣ ਦਿੱਤਾ ਜਾ ਰਿਹਾ। ਦੱਸੋ ਜੀ ਸਾਡਾ ਗੁਨਾਹ ਕੀ ਜੀ? ਸਾਨੂੰ ਜੇ ਜਨਤਾ ਚਾਹੁੰਦੀ ਹੋਵੇ ਤੇ ਸਾਨੂੰ ਵੋਟਾਂ ਪਾ ਦੇਣ, ਤੇ ਨਹੀਂ ਤਾਂ ਸ਼ਾਮਾਂ ਨੂੰ ਫਤਵਾ ਮਿਲ ਜਾਣਾ ਜੀ। ਮੇਰਾ ਹਰਦੀਪ ਸਿੰਘ ਹੈ ਪੀਨਾ ਜੀ, ਮੈਂ ਸਰਪੰਚ ਦਾ ਉਮੀਦਵਾਰ ਆ, ਤੇ ਇਹ ਜਿਹੜਾ ਕਾਂਗਰਸੀ ਸਰਪੰਚ ਸੀ ਪਹਿਲਾਂ, ਤੇ ਹੁਣ ਇਹਨੇ ਆਪ ਲੋਕਾਂ ਦੀਆਂ ਫੜ ਫੜ ਕੇ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ, ਨਾਲਿਆਂ ਦਾ ਮੈਂ 1.5 ਲੱਖ ਰੁਪਇਆ ਦਿੱਤਾ। ਸਰ ਵੋਟ ਪਾਉਣ ਦਾ ਹਰ ਇੱਕ ਦਾ ਆਪਣਾ ਅਧਿਕਾਰ ਹੈ ਜੀ, ਠੀਕ ਹੈ ਜੀ। ਫਿਰ ਇਹ ਜ਼ਬਰਦਸਤੀ ਕਰਦਾ ਸੀ, ਧੱਕੇਸ਼ਾਹੀ ਕਰਦਾ ਸੀ, ਠੀਕ ਹੈ ਜੀ। ਫਿਰ ਉੱਥੇ ਜੋ ਵੀ ਹੋਣਾ ਸੀ ਉਹ ਹੋਇਆ ਸਰ, ਠੀਕ ਹੈ ਜੀ। ਪੋਲਿੰਗ ਬੰਦ ਹੋ ਗਈ, ਠੀਕ ਹੈ। ਹੁਣ SSO ਸਾਹਿਬ ਆਏ ਆ, ਆਪਣੇ ਵਿਰਦੀ ਸਾਹਿਬ, ਉਹਨਾਂ ਨੇ ਆ ਕੇ ਚਲੋ ਬਹਿਬੋਆ ਕੀਤਾ ਵਾ, ਚਲੋ ਹੁਣ ਇਹ ਪੋਲਿੰਗ ਸ਼ੁਰੂ ਹੋ ਗਈ। ਕਿੰਨੇ ਚਿਰ ਤੋਂ ਬੰਦ ਹੈ ਪੋਲਿੰਗ? ਸਰ ਕੋਈ 35-40 ਮਿੰਟ। ਹੱਥ ਪਈ ਵੀ ਹੋਈ? ਹਾਂਜੀ ਹੋਈ ਹੈ ਜੀ। ਤੇ ਕਿੰਨਾ ਵਾਧਾ ਉਹਨਾਂ ਵੱਲੋਂ ਹੀ ਹੋਇਆ ਜੀ? ਆਪਾਂ ਕੋਈ ਜਾਨੀ ਨੁਕਸਾਨ ਜਾਂ ਕੋਈ ਸਰਟੀਫਿਕੇਟ ਤੋਂ ਬਚਾਈ ਰਹੇ? ਜਾਲੀ ਨੀ ਯਾਰ, ਹੱਥੋਂ ਫੜ ਫੜ ਕੇ ਵੋਟ ਪਾਉਂਦੇ ਕਿਸੇ ਦੀ, ਹਾਂ ਜ਼ਬਰਦਸਤੀ। ਤੇ ਨਾਲੇ ਜਿੱਥੇ ਵੋਟ ਪਾਉਂਦੇ ਸੀ ਉਹ ਮੋਹਰ ਦੇ ਲਾ ਕੇ ਆਪ ਜਾ ਕੇ ਖਲੋ ਕੇ ਮੋਹਰ ਲਾਉਂਦਾ ਸੀ, ਠੀਕ ਹੈ ਜੀ। ਮੰਗ ਸਰ ਸਾਡੀ ਇਹ ਵੀ ਸਾਡਾ ਇਨਸਾਫ ਇਹ ਆ, ਇਹ ਚੀਜ਼ਾਂ ਸਾਨੂੰ ਮਿਲਣਾ ਚਾਹੀਦਾ ਕਿ ਜਿਹਦਾ ਸਰ ਅਧਿਕਾਰ ਆ, ਜਿਹਦਾ ਵੋਟ ਦਾ ਆਪੋ ਆਪਣਾ ਅਧਿਕਾਰ ਆ ਜੀ, ਠੀਕ ਹੈ ਜੀ। ਉਹ ਆਪਣੀ ਵੋਟ ਆਪੇ ਪਾਵੇ, ਠੀਕ ਹੈ ਜੀ। ਸਾਨੂੰ ਇਹਦੇ ਵਿੱਚ ਕੋਈ ਤਰਾਜ ਨਹੀਂ ਆ, ਬਾਕੀ ਵਾਹਿਗੁਰੂ ਦਾ ਜੋ ਪ੍ਰਮਾਣ ਆ ਉਹ ਸਾਨੂੰ ਸਿਰ ਮੱਥੇ ਆ ਜੀ, ਜੇ ਤਾਂ ਹਰ ਵਾਹਿਗੁਰੂ ਬਣੀ ਆ ਸਾਨੂੰ ਕੋਈ ਨਹੀਂ। ਮੇਰਾ ਨਾਮ ਡਾਕਟਰ ਗੁਰਿੰਦਰ ਸਿੰਘ, ਪਿੰਡ ਦੋਦੇ ਆ। ਇੱਥੇ ਜੀ ਸ਼ਰੇਆਮ ਗੁੰਡਾਗਰਦੀ ਹੋ ਰਹੀ ਆ, ਪਿਸਟਲ ਇਹਨਾਂ ਦੇ ਡੱਬ 'ਚ ਆ, ਦਾਤਰ ਇਹਨਾਂ ਦੇ ਕੋਲ ਆ, ਇਹਨਾਂ ਨੇ ਰੋਕ ਕੇ ਵੋਟਾਂ, ਇਹਨਾਂ ਨੇ ਸ਼ਰੇਆਮ ਬੈਲਟ ਪੇਪਰ ਚੋਰੀ ਕੀਤੇ ਇਹਨਾਂ ਦੂਜੀ ਪਾਰਟੀ ਨੇ। ਕਿਹੜੀ ਪਾਰਟੀ ਉਹ? ਆਮ ਆਦਮੀ ਪਾਰਟੀ ਸਰ। CM ਕਹਿ ਰਹੇ ਆ ਵੀ ਅਸੀਂ ਨਿਰੋਲ ਇਲੈਕਸ਼ਨ ਕਰਾਉਣੀ, ਆਹ ਵੇਖੋ ਦੋਦੇ ਨਿਰੋਲ ਇਲੈਕਸ਼ਨ ਹੋ ਰਹੀ ਆ। ਆਈ ਪੁਲਿਸ? ਪੁਲਿਸ ਆਈ ਆ, ਮੌਕਾ ਵੇਖ ਰਹੀ ਆ, ਪਰ ਬੈਲਟ ਪੇਪਰ ਅਜੇ ਵੀ ਨਹੀਂ ਲੱਭ ਰਿਹਾ। ਦੂਜੀ ਪਾਰਟੀ ਦੇ ਕੋਲ ਬੈਲਟ ਪੇਪਰ ਆ, 8-10 ਬੈਲਟ ਪੇਪਰ। ਤੁਹਾਡੇ ਨਾਲ ਕੀ ਕੀਤਾ ਗਿਆ ਹੁਣ ਇੱਥੇ? ਸਾਡੇ ਗਲ ਪਏ ਆ ਜੀ, ਸਾਡੇ ਬੰਦਿਆਂ ਦੇ ਇਹਨਾਂ ਕੱਪੜੇ ਪਾੜੇ ਆ, ਸ਼ਰੇਆਮ ਗੁੰਡਾਗਰਦੀ ਕੀਤੀ ਆ, ਬੈਲਟ ਪੇਪਰ ਇਹਨਾਂ ਚੁੱਕ ਕੇ ਡੱਬਿਆਂ ਦੇ ਵਿੱਚ ਪਾਈਆਂ ਵੋਟਾਂ ਇਹਨਾਂ ਆਪ। ਜਾਲੀ ਭਗਤਾਈਆਂ ਜੀ ਇਹਨਾਂ ਵੋਟਾਂ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਨਿਰੋਲ ਵੋਟ ਇੱਥੇ ਹੋਵੇ, ਕੱਢ ਕੇ ਸਰਕਾਰ ਦਾ ਦਬਾਅ, ਪਿੰਡ ਵਾਲੇ ਖਿਲਾਰ ਲਓ, ਤੁਸੀਂ ਮੀਡੀਆ ਆਓ, ਉੱਥੇ ਪਤਾ ਲੱਗ ਜੂਗਾ ਵੀ ਕਿਹੜਾ ਬੰਦਾ ਕਿੱਧਰ ਆ, ਕਿਹੜਾ ਬੰਦਰ ਕਿੱਧਰ ਆ। ਇੱਥੇ 850 ਵੋਟ ਆ ਜੀ, ਵੋਟਿੰਗ ਨੂੰ ਘੰਟਾ ਚੱਲਿਆ ਜੀ ਲਗਭਗ, ਸਵੇਰੇ ਸਟਾਰਟਿੰਗ ਤੋਂ ਇਹੀ ਰੌਲਾ ਚੱਲ ਰਿਹਾ ਵਾ। ਨਹੀਂ ਠੀਕ ਠਾਕ ਹੈ ਸਭ, ਪੀਸਫੁਲ ਹੈ ਇੱਥੇ। ਇਨਫੋਰਮੇਸ਼ਨ ਆਈ ਵੀ ਦੋਵੇਂ ਪਾਰਟੀਆਂ ਦਾ ਕੋਈ ਇੱਕ ਵੋਟ ਨੂੰ ਲੈ ਕੇ ਕੋਈ ਆਪਸੀ ਡਿਸਪਿਊਟ ਹੋਇਆ, ਉਹ ਪੀਸਫੁਲੀ ਹੱਲ ਹੋ ਗਿਆ। ਹੁਣ ਸਰ ਵੋਟਿੰਗ ਦੀ ਪ੍ਰਕਿਰਿਆ ਰੁਕੀ ਸੀ? ਉਹ ਇੱਕ ਦਿਨ ਦੱਸਿਆ ਵੋਟ ਤੋਂ ਚੱਕਰ ਸੀ, ਤੇ ਉਹਨਾਂ ਪੋਲਿੰਗ ਏਜੰਟ ਹੁਣ ਆਪਣੇ ਬਦਲ ਲਏ, ਦੋਵੇਂ ਆਪੋ ਆਪਣੇ ਬਾਤੇ ਆ, ਤੇ ਫਿਰ ਪੋਲਿੰਗ ਸ਼ੁਰੂ ਹੋਣ ਲੱਗੀ। ਸਰ ਜਿਹੜੀ ਆਪਣੀ ਸੋਲ ਸੈਨ ਭਗਤ ਗੋਲੀ ਚਲੀ, ਉਹਦੇ ਕੀ ਕਾਰਵਾਈ ਕੀਤੀ ਜਾ ਰਹੀ? ਉਹਦੇ 'ਚ ਪਰਚਾ ਦਰਜ ਕਰ ਲਾਂਗੇ, ਬਿਆਨ ਲਿਖਣ ਡੇ ਆ, ਕੇਸ ਰਜਿਸਟਰ ਕਰ ਲਾਂਗੇ। ਗੋਲੀ ਚੱਲੀ ਕਿਹੜੇ ਕਾਰਨਾਂ ਕਰਕੇ ਸਰ? ਉੱਥੇ ਵੀ ਬਾਹਰ ਬੂਥ ਤੇ ਬਾਹਰ ਬੈਠੇ ਆਊਟਸਾਈਡ ਜਿੱਥੇ ਇਹਨਾਂ ਦਾ ਪੋਲਿੰਗ ਦਾ ਬੂਥ ਜਾਂਦਾ, ਉੱਥੇ ਕਿਸੇ ਗੱਲ ਨੂੰ ਆਪਸੀ ਤੁਲੂ ਮਹਿਮ ਹੋ ਗਈ, ਉੱਥੋਂ ਝਗੜਾ ਆਇਆ ਇਹਨਾਂ ਦਾ। ਬੰਦਾ ਜ਼ਖਮੀ ਹੈ? ਹਾਂਜੀ ਹਾਂਜੀ, ਇੱਕ ਜ਼ਖਮੀ ਆ। ਲੜਾਈ ਝਗੜਾ ਨਹੀਂ ਹੋਇਆ? ਨਹੀਂ ਨਹੀਂ, ਕੋਈ ਕੋਈ ਲੜਾਈ ਝਗੜਾ ਨਹੀਂ ਹੋਇਆ।